ਮੈਨੂੰ ਲੱਗਦਾ ਨਹੀਂ ਵੀ 25-30 ਬੰਦਿਆਂ ਲਈ ਇੱਥੇ ਦਊਗੇ ਸਪੇਸ ਬਾਕੀ ਪਤਾ ਕਰਦੇ ਆ ਕਿ ਲੱਗਾ ਤੇ ਸੋਣਾ ਸਨੀ ਕਿਹਾ ਲਗਾ ਪਾਪਾ ਨੇ ਨਾ ਮੈਨੂੰ ਹੁਣੇ ਇੱਕ ਉਹ ਲੈ ਕੇ ਦਿੱਤਾ ਹੈ ਪ੍ਰੀ ਬਰਥਡੇ ਗਿਫਟ ਵਲੌਗ ਦੇ ਵਿੱਚ ਪਿਛਲੇ ਵਲੌਗ ਤੇ ਮੈਂ ਐਂਡ ਕੀਤਾ ਸੀ ਵੀ ਆਪਾਂ ਮਾਰਕੀਟ ਜਾਣਾ ਆ ਹੀਲਸ ਵਗੈਰਾ ਲੈਣੀ ਆ ਤੇ ਇਅਰਿੰਗਸ ਵਗੈਰਾ ਡਰੈਸ ਦੇ ਨਾਲ ਮੈਚਿੰਗ ਲਵੀ ਦੀ ਵੀ ਡਰੈਸ ਲੈ ਕੇ ਆਉਣੀ ਆ ਆਪਾਂ ਆਪਣੇ ਕੱਪੜੇ ਲੈ ਲਈਏ ਦੇਖੋ ਬੋਰਡ ਕੱਪੜੇ ਆ ਕਿੱਥੇ ਆ ਕਿੱਥੇ ਕੱਪੜੇ ਸਭ ਇਹ ਵੀ ਕੱਪੜੇ ਕੋਣ ਰੱਖਦਾ ਬਾਰੀਆਂ ਜੀ ਪਏ ਬੇਟਾ ਲਵੇ ਨਹੀਂ ਲੈਣੇ ਨਵੇਂ ਹੀ ਪਏ ਨੇ ਮੇਰੇ ਬੈਗ ਹੀ ਪਏ ਆ ਇਹਨਾਂ ਦੇ ਨਵੇਂ ਪਏ ਹੁੰਦੇ ਆ ਸਾਡੇ ਬੱਚੇ ਦੇ ਹੀ ਨਹੀਂ ਨਵੇਂ ਜਦ ਮੈਂ ਪਾਣੇ ਨਹੀਂ ਤੇ ਮੈਂ ਕੱਪੜੇ ਫਿਰ ਨਵੇਂ ਹੀ ਪਏ ਤੇ ਇਦਾਂ ਕਰਿਓ ਵੀ ਮੈਂ ਲੱਖ ਰੁਪਿਆ ਦੇ ਦਿਓ ਬਰਥਡੇ ਤੇ ਸਗਨ ਵੀ ਗਿਫਟ ਰਹਿਣ ਦਿਓ ਚੈੱਕ ਚੱਲੇਗਾ ਚੈੱਕ ਚੱਲੇਗਾ ਬਾਉਂਸ ਨਾ ਹੋਵੇ ਬਸ ਹਾਂ ਬਾਉਂਸ ਨਾ ਹੋਵੇ ਬਾਉਂਸ 6-7 ਲੱਖ ਦਾ ਚੈੱਕ ਮੰਗੂਗੀ ਪੈਰੂ ਆਪਾਂ ਹੁਣ ਚੱਲੇ ਆ ਵੀ ਲਵੀ ਗਈ ਹੋਈ ਆ ਸਕੂਲ ਤੇ ਮੰਮਾ ਤੇ ਮੈਂ ਚੱਲੇ ਆ ਐਕਟਿਵਾ ਤੇ ਮਾਰਕੀਟ ਇਹ ਲੋ ਪਾਪਾ ਨੂੰ ਮੈਂ ਕਹਿਤਾ ਵੀ ਮੈਂ ਲੱਖ ਰੁਪਿਆ ਕੈਸ਼ ਦੇ ਦਿਓ ਤੇ ਕਹਿੰਦੇ ਚੈੱਕ ਦੇ ਦੂੰਗਾ ਤੇ ਤੂੰ ਹੀ ਗਿਫਟ ਲੈ ਲਿਓ ਮੇਰੇ ਲਈ ਜ਼ਿਆਦਾ ਨਾ ਲਿਓ ਮੈਂ 4 ਲੱਖ ਦਾ ਬਹੁਤ ਹੁੰਦਾ ਗਿਫਟ ਦਰਵਾਜ਼ਾ ਵੀ ਕਹਿੰਦੇ ਬੰਦ ਕਰੀਦਾ ਹੁੰਦਾ ਬਾਏ ਬੈਰੂ ਹਾਂ ਅੱਗੋਂ ਬਾਏ ਕਹਿ ਰਿਹਾ ਚਲੋ ਹੁਣ ਆਪਾਂ ਮਾਰਕੀਟ ਜਾ ਕੇ ਮਿਲਦੇ ਹਾਂ ਮਾਰਕੀਟ ਆਪਾਂ ਪਹੁੰਚ ਚੁੱਕੇ ਹਾਂ ਤੇ ਆਪਾਂ ਹੁਣ ਲੈਣੇ ਆ ਏਅਰਿੰਗਸ ਏਅਰਿੰਗਸ ਮੈਨੂੰ ਸਮਝ ਨਹੀਂ ਆ ਰਿਹਾ ਕਿੱਥੋਂ ਲਵਾਂ ਫਿਲਹਾਲ ਆਪਾਂ ਜਾ ਰਹੇ ਹਾਂ ਉਹ ਆਪਾਂ ਲਵੀ ਲਈ ਸ਼ੂਜ਼ ਲੈ ਲਏ ਉਹਦੀ ਡਰੈਸ ਲੈਣੀ ਆ ਹਾਲੇ ਤੇ ਉਹ ਵੀ ਨਹੀਂ ਪਤਾ ਹਾਲੇ ਕਿੱਥੋਂ ਲੈਣੀ ਉਹਦੀ ਡਰੈਸ ਕਿੱਥੋਂ ਲੈਣੀ ਹੈ ਮਾਰਕੀਟ ਆ ਕੇ ਤਾਂ ਮੈਨੂੰ ਹੁੰਦਾ ਵੀ ਸਾਰਾ ਕੁਛ ਲੈ ਲਓ ਬਲੂ ਸੂਟ ਕਿੰਨਾ ਦੇਖੋ ਕਿੰਨਾ ਸੋਹਣਾ ਆ ਤੇ ਏਅਰਿੰਗਸ ਵੀ ਸਾਨੂੰ ਮਿਲ ਗਏ ਸੀ ਆਪਾਂ ਆ ਗਏ ਹਾਂ ਘਰੇ ਉੱਥੇ ਨਹੀਂ ਸ਼ੂਟ ਹੋਇਆ ਤੇ ਆਪ ਏਅਰਿੰਗਸ ਲੈ ਕੇ ਆਏ ਹਾਂ ਡਰੈਸ ਨਹੀਂ ਮੈਂ ਹਾਲੇ ਦਿਖਾਈ ਕਿਸੇ ਨੂੰ ਵੀ ਪੂਰੀ ਨਹੀਂ ਦਿਖਾਈ ਅਤੇ ਇਹ ਵਾਲੇ ਏਅਰਿੰਗਸ ਹੈ ਹੀਲਸ ਮੈਂ ਨਹੀਂ ਸੋਚ ਰਹੀ ਹਾਂ ਸ਼ੂਜ਼ ਤਾਂ ਸਾਨੂੰ ਕਿੰਨੇ ਸਾਰੇ ਮੈਂ ਦਿਖਾਤੇ ਉਹਦੇ ਵਿੱਚ ਕੁਛ ਦੇਖ ਲੂੰਗੀ ਸੋਹਣੇ ਆ ਨਾ ਅੰਮੀ ਮੈਨੂੰ ਦੱਸਿਓ ਵੀ ਸੋਹਣੇ ਲੱਗੂਗੇ ਡਰੈਸ ਨਾਲ ਵੇਅਰ ਕੀਤੇ ਹੋਏ ਹੈ ਤਾਂ ਵੈਸਟਰਨ ਵਾਲੇ ਹੀ ਆ ਤੇ ਬਸ ਅੱਜ ਆਹੀ ਲੈ ਕੇ ਆਏ ਹਾਂ ਬਾਕੀ ਆ ਸ਼ੂਜ਼ ਵਗੈਰਾ ਆ ਪਰ ਸ਼ੂਜ਼ ਤੁਸੀਂ ਦੇਖੇ ਸੀ ਪਿਛਲੇ ਵਲੌਗ 'ਚ ਵੀ ਮੈਂ ਤਾਂ 3-4 ਲੈ ਆਈ ਹਾਂ ਇਹ ਮੰਮਾ ਹੁਣੀ ਦੇ ਆ ਇਹ ਲਵੀ ਦੇ ਆ ਅਤੇ ਇਹਦੇ 'ਚ ਪਤਾ ਨਹੀਂ ਕੀ ਹੈ ਰਬੜ ਰੁਬੜ ਆ ਬਾਕੀ ਆਹੀ ਸਮਾਨ ਲੈ ਕੇ ਆਏ ਹਾਂ ਥੋੜ੍ਹਾ ਥੋੜ੍ਹਾ ਜਿਹਾ ਕਲੱਚਰ ਯੇ ਵੋ ਠੀਕ ਹਰ ਵਾਰੀ ਕਹਿਣਾ ਪੈਂਦਾ ਇੱਕ ਵਾਰੀ ਵੀ ਤੈਨੂੰ ਯਾਦ ਨਹੀਂ ਰਹਿੰਦਾ ਅਤੇ ਆਪਾਂ ਹੁਣ ਵੈਨਿਊ ਦੇਖਣ ਚੱਲੇ ਹਾਂ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਵੀ ਵੈਨਿਊ ਕਾਹਦਾ ਸਿਲੈਕਟ ਕਰਦੇ ਹਾਂ ਇੱਕ ਤਾਂ ਤੁਹਾਨੂੰ ਦਿਖਾਉਂਗੀ ਉਹਦੇ ਵਿੱਚ ਜਿਹੜੇ ਕਮੈਂਟਸ ਜ਼ਿਆਦਾ ਹੋਊਗੇ ਨਾ ਆਪਾਂ ਉਹ ਕਰ ਲਵਾਂਗੇ ਕਿਉਂਕਿ ਹਾਲੇ ਮੈਨੂੰ ਵੀ ਕਨਫਿਊਜ਼ਨ ਆ ਮੈਂ ਵੀ ਹਾਲੇ ਕੋਈ ਸਿਲੈਕਟ ਨਹੀਂ ਕੀਤਾ ਇੱਧਰੋਂ ਆਪਾਂ ਕਿਮ ਦੀ ਉਹਨਾਂ ਨੂੰ ਚੱਕਣਾ ਆ ਘਰੋਂ ਫਿਰ ਆਪਾਂ ਵੈਨਿਊ ਸਿਲੈਕਟ ਕਰਨ ਜਾਣਾ ਵੈਨਿਊ ਸਿਲੈਕਟ ਕਰਕੇ ਵੈਨਿਊ ਸਿਲੈਕਟ ਕਰਨਾ ਹੈ ਵੈਨਿਊ ਸਿਲੈਕਟ ਕਰਕੇ ਵੈਨਿਊ ਸਿਲੈਕਟ ਕਰਨਾ ਕਿਉਂਕਿ ਬਾਕੀ ਚੀਜ਼ਾਂ ਤਾਂ ਡਨ ਨੇ ਫਿਰ ਦੱਸਿਓ ਕਮੈਂਟਾਂ 'ਚ ਵੀ ਕਿਹੜਾ ਸੋਹਣਾ ਲੱਗਦਾ ਹਾਲੇ ਮੈਂ ਸੋਚ ਰਿਹਾ ਵੀ ਇਨਡੋਰ ਕਰਾਂ ਰੂਫ ਟੋਪ ਕਰਾਂ ਹਾਲੇ ਮੈਨੂੰ ਕੁਛ ਨਹੀਂ ਸਮਝ ਆ ਰਹੀ ਜਾ ਕੇ ਦੇਖਦੇ ਹਾਂ ਆਪਾਂ ਆ ਗਏ ਹੋਏ ਹਾਂ ਡੈਕ 5 ਅਤੇ ਸਾਨੂੰ ਹੁਣ ਪਤਾ ਨਹੀਂ ਵੀ ਕਿੱਦਾਂ ਦਾ ਆ ਕਿਉਂਕਿ ਮੈਂ ਫਸਟ ਟਾਈਮ ਵਿਜ਼ਿਟ ਕੀਤਾ ਹੁਣ ਉੱਪਰ ਜਾ ਕੇ ਪਤਾ ਲੱਗੂਗਾ ਹਾਲ ਦੇਖਦੇ ਹਾਂ ਇੱਕ ਦੇਖਦੇ ਹਾਂ ਇਹਦਾ ਰੂਫ ਟੋਪ ਆਪਾਂ ਪੌੜੀਆਂ ਦਾ ਕਸ਼ਟ ਨਹੀਂ ਕਰ ਸਕਦੇ ਇਸ ਲਈ ਆਪਾਂ ਲਿਫਟ 'ਚ ਚੱਲੇ ਹਾਂ ਉੱਧਰ ਹੈ ਕਹਿੰਦੇ ਡੈਕ 5 ਉਹ ਚਲੋ ਚਲੋ ਹੁਣ ਆਪਾਂ ਇੱਕ ਜਗ੍ਹਾ ਹੋਰ ਟਰਾਈ ਕਰਨ ਚੱਲੇ ਹਾਂ ਦੀ ਆਪਾਂ ਕਿੱਥੇ ਚੱਲੇ ਹਾਂ ਇੰਪੀਰੀਆ ਸੂਟਸ ਹੁਣ ਉੱਥੇ ਆ ਕੇ ਦੇਖਦੇ ਹਾਂ ਫਿਰ ਆਪਾਂ ਦੋਨਾਂ ਵਿੱਚੋਂ ਕੋਈ ਇੱਕ ਸਿਲੈਕਟ ਕਰਾਂਗੇ ਗਾਰਡਨ ਏਰੀਆ ਆਪਾਂ ਤਾਂ ਇੱਦਾਂ ਆਏ ਜਿੱਦਾਂ ਵਿਆਹ ਹੋਣਾ ਹੁੰਦਾ ਹੈ ਨਹੀਂ ਕੋਈ ਨਹੀਂ ਲੱਭ ਰਿਹਾ ਸਾਨੂੰ ਮੈਨੂੰ ਲੱਗਦਾ ਨਹੀਂ ਵੀ 25-30 ਬੰਦਿਆਂ ਲਈ ਇੱਥੇ ਦਊਗੇ ਸਪੇਸ ਬਾਕੀ ਪਤਾ ਕਰਦੇ ਹਾਂ ਬਾਕੀ ਲੱਗਾ ਤੇ ਸੋਹਣਾ ਥਰਡ ਵੈਨ ਦੀ ਇਹ ਤਾਂ ਮੈਨੂੰ ਗਾਲਾਂ ਕੱਢੂਗੀ ਜਿਹੜਾ ਆਊਗਾ ਵੀ ਤੂੰ ਸਾਨੂੰ ਜੰਗਲ 'ਚ ਕਿੱਥੇ ਬੁਲਾ ਲਿਆ ਤੁਹਾਡੇ ਲਈ ਜਾਨਵਰ ਵਾਲੀ ਜਗ੍ਹਾ ਸਹੀ ਗੱਲ ਹੈ ਮੇਰੇ ਫਰੈਂਡ ਸਰਕਲ ਲਈ ਬਿਲਕੁਲ ਸਹੀ ਜਗ੍ਹਾ ਹੈ ਜੰਗਲ 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 ਪਤਾ ਚਲਾ ਹੈ
ਵਾਲੀ ਲਿਫਟ ਸਭ ਤੋਂ ਖਤਰਨਾਕ ਹੁੰਦੀ ਹੈ। ਹੈ ਸਭ ਤੋਂ ਖਤਰਨਾਕ ਲਿਫਟ ਹੈ ਵਾਲੀ ਹੈ। ਕਿਉਂ? ਡਿਜੀਟਲ ਹੈ। ਡਿਜੀਟਲ ਹੈ। ਨਵੀਂ ਚੀਜ਼ ਸਾਨੂੰ ਸਿੱਖਣ ਨੂੰ ਮਿਲੀ ਹੈ ਸਾਰੇ। ਲਿਫਟ ਤਾਂ ਨਾ ਆ ਇਦਾਂ ਨਹੀਂ ਹੋਣੀ ਚਾਹੀਦੀ। ਆਰ ਵਾਈ ਉਧਰ ਦੇ ਕਾਪੀਆਂ ਦੇ। ਕਾਪੀਆਂ ਦੇ ਕੇ ਲਿਖ। ਪੈੜੀ ਸਿੱਖੋ ਵੀ। ਦੇਖੋ ਇਧਰ ਪੈੜੀ ਲਿਖੋ। ਮੈਂ ਮਾਈ ਨਲਾਇਕ ਬੱਚਾ ਨੇਮ ਨਲਾਇਕ ਨਾ ਆਪਣਾ ਨਾਮ ਹੀ ਲਿਖਣਾ ਹੁੰਦਾ ਤੈਨੂੰ। ਇਸ ਪੈੜੀ ਪਹਿਲੇ ਇੱਕ ਰਾਈਟਿੰਗ ਇੰਪਰੂਵ ਕਰਨ ਦੀ ਜ਼ਰੂਰਤ ਹੈ। ਰਾਈਟਿੰਗ ਇੱਧਰ ਦੇਖ ਦੇਖ ਕਿਆ ਲਿਖ ਰਹੀ ਹੂੰ ਮੈਂ। ਹੋ ਨੀਂਦ ਆ ਗਈ ਹੈ ਨਾ। ਇਸਕੋ ਪੜ੍ਹ। My name is Perry. Perry देखना भी नहीं चाहता। देख यार तू पढ़ना क्यों नहीं चाहता अपनी जिंदगी च। कहते मैं तेरे से ज्यादा पढ़ा हूँ। मेरे को मत सिखा। पापा गए। पापा काटी कल काटी कल काटी कल। पैरी करो काटी कल। ਹਾਂਜੀ ਤੇ ਕੱਲ ਤੁਸੀਂ ਦੇਖ ਲਿਆ ਸੀਗਾ ਵੀ ਆਪਾਂ ਵੈਨਿਊ ਦੇਖ ਕੇ ਆਏ ਸੀਗੇ ਤੇ ਮਾਰਕੀਟੋਂ ਥੋੜੀ ਜਿਹੀ ਸ਼ੋਪਿੰਗ ਕਰਕੇ ਆਏ ਸੀ। ਲੋਕਾਂ ਦੇ ਪ੍ਰੈਂਕ ਹੁੰਦੇ ਆ ਨਾ ਵੀ ਪ੍ਰੈਂਕ ਗੋਨ ਰੋਂਗ, ਸਾਡੀ ਸ਼ੋਪਿੰਗ ਗੋਨ ਰੋਂਗ ਹੋ ਗਈ ਕਿਉਂਕਿ ਜਿਹੜੀ ਚੀਜ਼ਾਂ ਵੀ ਆਪਾਂ ਲੈ ਕੇ ਆਏ ਸੀ ਲਵੀ ਲਈ ਉਹਨੂੰ ਕੁਛ ਵੀ ਨਹੀਂ ਫਿੱਟ ਆਇਆ, ਕੋਈ ਇੱਕ ਸਾਈਜ਼ ਵੱਡਾ ਆ ਕੋਈ ਇੱਕ ਸਾਈਜ਼ ਛੋਟਾ ਆ ਤੇ ਉਹ ਆਪਾਂ ਹੁਣ ਦੁਬਾਰਾ ਚੱਲੇ ਹਾਂ। ਕੱਲ੍ਹ ਮੈਂ ਥੱਕ ਗਈ ਸੀਗੀ, ਵੈਨਿਊ ਵਗੈਰਾ ਬਹੁਤ ਔਖਾ ਸਿਲੈਕਟ ਹੋਇਆ ਆ, ਬਹੁਤ ਜ਼ਿਆਦਾ ਔਖਾ। ਤੇ ਮੈਂ ਤੁਹਾਨੂੰ ਇੱਕ ਅੱਧਾ ਵੈਨਿਊ ਵਿੱਚ ਦਿਖਾਇਆ ਹੋਣਾ, ਪਿੱਛੇ ਜਾ ਕੇ ਵੀਡੀਓ ਤੁਸੀਂ ਦੇਖੀ ਹੋਣੀ ਹੈ, ਮਤਲਬ ਪਿੱਛੇ ਵੈਨਿਊ ਰੂਫਟੌਪ ਹੈਗਾ ਆ ਜਿਹੜਾ। ਮੈਨੂੰ ਕਮੈਂਟ ਕਰਕੇ ਦੱਸਿਓ ਵੀ ਸੋਹਣਾ ਆ ਕਿ ਨਹੀਂ ਆ। ਦੋ ਤਿੰਨ ਜਗ੍ਹਾ ਦੇਖੀਆਂ ਆ ਤੇ ਆਪਾਂ ਹੋਰ ਕਾਰਡਸ ਵਗੈਰਾ ਲੈ ਆਏ ਸੀਗੇ, ਸਿਲੈਕਟ ਆਪਾਂ ਕਰ ਲਿਆ ਆ, ਬਟ ਹਾਲੇ ਫੋਨ ਨਹੀਂ ਕੀਤਾ ਬੁਕਿੰਗ ਲਈ। ਮਤਲਬ ਆਪਾਂ ਸੋਚਿਆ ਆ ਤਿੰਨਾਂ ਨੇ ਹੀ, ਕਿਮ ਦੀਦੀ ਹੋਣਾਂ ਨੇ, ਮੰਮਾ ਪਾਪਾ ਨੇ ਆ ਕੇ ਫੋਟੋਜ਼ ਦਿਖਾਈਆਂ, ਵੀਡੀਓਜ਼ ਦਿਖਾਈਆਂ, ਸਲਾਹ ਕੀਤੀਆਂ ਤੇ ਫਿਰ ਇੱਕ ਡਿਸਾਈਡ ਹੋਇਆ ਆ। ਤੇ ਮੈਨੂੰ ਦੱਸਿਓ ਵੀ ਤੁਹਾਨੂੰ ਦਿਖਾਇਆ ਸੀਗਾ ਉਹ ਸੋਹਣਾ ਸੀਗਾ, ਕੋਈ ਹੋਰ ਆਪਸ਼ਨ ਦੇਖੀਏ ਮੈਨੂੰ ਕਮੈਂਟ ਕਰਕੇ ਦੱਸਿਓ। ਤੇ ਹੁਣ ਆਪਾਂ ਚੱਲੇ ਹਾਂ ਮਾਰਕੀਟ, ਲਵੀ ਦੀ ਸੈਂਡਲਸ ਵਗੈਰਾ ਐਕਸਚੇਂਜ ਕਰਾ ਕੇ ਆਉਂਦੇ ਹਾਂ, ਉਹਦੇ ਸੈਂਡਲ ਐਕਸਚੇਂਜ ਕਰਾਉਂਦੇ ਹਾਂ, ਮਾਰਕੀਟ ਜਾ ਕੇ ਫਿਰ ਮਿਲਦੇ ਹਾਂ। ਬਾਏ ਬਾਏ। ਇਹ ਕੰਮ ਲਈ ਮੈਨੂੰ ਬੁਲਾ ਰਹੇ ਸੀ ਵੀ ਆ ਜਾ, ਮੇਰਾ ਕਿਤੇ ਹਾਈਟ ਪਹੁੰਚ ਨਹੀਂ ਸੀ। ਆਪਾਂ ਹੁਣ ਕੱਢਣ ਲੱਗੇ ਹਾਂ ਕੰਬਲ ਵਗੈਰਾ ਜਿਹੜੇ ਅੰਦਰ ਪਏ ਆ। ਇਹ ਕਿਉਂ ਕੱਢਣ ਲੱਗੇ ਹਾਂ? ਇਹ ਤੁਹਾਨੂੰ ਕਵਰ ਹੋਣਾ, ਇਹ ਕੱਢ ਲਓ। ਇਹ ਵੀ ਸਾਰਿਆਂ ਨੇ ਆਉਣਾ ਆ, ਇੱਕ ਦਿਨ ਪਹਿਲਾਂ ਆ ਜਾਣਾ ਫਿਰ ਤਾਂ ਕਰਕੇ। ਹਲ ਆ ਵੀ ਕਰ ਲਓ, ਪਰ ਪਿੱਲੋ ਵੀ ਚਾਹੀਦੇ ਆ। ਕਾਰ ਤੇ ਰੱਖਣ ਵਾਲੇ ਪਿੱਲੋ ਚਾਹੀਦੇ ਨੇ। ਹੈ ਹੀ ਐ ਤੇ ਜਾਈ ਆ ਤੇ ਉਹ ਇੱਕ ਕੰਬਲ ਆ। ਫੇਰ ਇਹ ਜੇ ਕੱਢੀ ਕਿ ਨਾ ਕੱਢ ਲਓ। ਕੱਢ ਰਹੇ ਆ ਇਹ ਕੀ ਹੈ ਜਿਹੜਾ ਕੱਢੇ ਕੰਬਲ? ਨਹੀਂ ਨਹੀਂ ਕੰਬਲ ਕਹਾਂ ਹੈ ਪੂਰੇ। ਸਾਰਿਆਂ ਨੇ ਆਣਾ ਹੈ ਤੇ ਉਸ ਹਿਸਾਬ ਨਾਲ ਬਹੁਤ ਆ ਕੰਬਲ। ਚਾਰ ਦੇ ਵੀ 6 ਹੋ ਜਾਣੇ ਹੀ। ਤੂੰ ਦੇਖ ਲਈ 8 ਹੋ ਜਾਣੇ ਮੈਨੂੰ ਲੱਗਦਾ। ਤੂੰ ਦੇਖ ਲਈ ਇਹਦੀਆਂ ਗੱਲਾਂ ਜਿਹੜੀਆਂ 4-6 ਕਹਿੰਦੀ ਵੀ 8-12 ਹੀ ਹੋ ਜਾਣੇ ਮੈਨੂੰ ਲੱਗਦਾ। ਸ਼ੋਪਿੰਗ ਡਨ ਤੇ ਮੰਮਾ ਸਮਾਨ ਢੋ ਰਿਹਾ ਇੱਧਰ, ਮੈਂ ਵੀ ਫਿਰ ਨਾ ਕਮੈਂਟ ਕਰੂੰਗੀ ਵੀ ਤੂੰ ਨਹੀਂ ਕੁਛ ਫੜਿਆ ਹੋਇਆ। ਤੇ ਮੰਮਾ ਨੇ ਨਾ ਮੈਨੂੰ ਹੁਣੇ ਇੱਕ ਉਹ ਲੈ ਕੇ ਦਿੱਤਾ ਹੈ ਪ੍ਰੀ ਬਰਥਡੇ ਗਿਫਟ, ਉਹ ਸਾਨੂੰ ਆਪਾਂ ਸ਼ੋਪ 'ਤੇ ਜਾ ਕੇ, ਮੈਂ ਘਰ ਜਾ ਕੇ ਦਿਖਾਈਏ ਕਿ ਸ਼ੋਪ 'ਤੇ, ਘਰ ਜਾ ਕੇ ਦਿਖਾਵਾਂਗੇ ਹੈ ਨਾ, ਪਹਿਲਾਂ ਲੈ ਲੈਂਦੇ ਹਾਂ। ਚਲੋ ਮੈਨੂੰ ਵੀ ਰਿਕਸ਼ਾ ਰਾਈਡ ਵਿਦ ਮੰਮਾ। ਮੰਮਾ ਨੇ ਆਈਡੀਆ ਦਿੱਤਾ, ਕਹਿੰਦੇ ਰਿਕਸ਼ੇ ਚੱਲਦੇ। ਮੰਮਾ ਜਾ ਰਹੇ ਬੜੀ ਦੇਰ ਬਾਅਦ ਬੈਠੀ ਸੀ ਰਿਕਸ਼ੇ। ਮੈਂ ਵੀ ਮੈਨੇਜਰ ਸਰ ਨਾਲ ਬੈਠੀ ਸੀ ਲਾਸਟ। ਚਲੋ ਆ ਇਹ ਕਿਆ ਨਜ਼ਾਰਾ ਹੈ। ਐਨ ਭਈਆ ਆਰਾਮ ਆਰਾਮ ਸੇ ਚਲੋ। ਕਿਹਾ ਸੀ ਮੈਂ ਤੋਂ ਸਿੱਧਾ ਕੱਢ ਲਓ, ਹੁਣ ਰਸ਼ ਚੈੱਕ ਕਰੋ ਅੱਗੇ। ਸਿੱਧੂ ਮੂਸੇ ਲੱਗਦਾ ਆਏ ਫੇਰ ਕਰਦੇ ਫੇਰ ਕਰਦੇ ਆਏ ਥਾਪੀ ਮਾਰਦਾ ਆਪਣੇ ਵੱਲੋਂ। ਉਹ ਕਰਦਾ ਨਹੀਂ ਹੁੰਦਾ ਲੈ ਇਦਾਂ ਹੀ ਸਟੈਚੂ ਰਹਿ ਗਏ ਆ ਇੱਥੇ ਲੈ ਕਰ। ਹਾਂਜੀ ਤੇ ਆਪਾਂ ਮਾਰਕੀਟ ਤੋਂ ਆ ਗਏ ਹੋਏ ਸੀਗੇ ਵਾਪਸ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ, ਇਸ ਲਈ ਆਪਾਂ ਹਾਲੇ ਹੌਟ ਡਰਾਈਵ ਰੁਕੇ ਹਾਂ ਤੇ ਆਪਾਂ ਮੋਮੋਜ਼ ਖਾਧੇ, ਨੂਡਲਸ ਖਾਧੇ। ਅੱਜ ਬਹੁਤ ਟਾਈਮ ਬਾਅਦ ਮੈਂ ਬਾਹਰ ਦਾ ਖਾਧਾ ਆ, ਵਧੀਆ ਲੱਗਾ ਖਾ ਕੇ।
ਤੇ ਮੰਮਾ ਨੇ ਜੋ ਗਿਫਟ ਦਿੱਤਾ ਹੈ ਉਹ ਮੈਂ ਤੁਹਾਨੂੰ ਘਰ ਜਾ ਕੇ ਦਿਖਾਉਂਗੀ। ਥੋੜਾ ਬਹੁਤਾ ਤੁਹਾਨੂੰ ਸ਼ੌਪ ਦੇ ਕੇ ਐਸਟੀਮੇਟ ਤਾਂ ਹੋ ਗਿਆ ਹੋਣਾ ਆ ਵੀ ਕੀ ਚੀਜ਼ ਹੋਣੀ ਆ, ਤੇ ਹਾਲੇ ਪ੍ਰੀ ਬਰਥਡੇ ਗਿਫਟ ਮਿਲਿਆ ਆ, ਮੇ ਬੀ ਬਰਥਡੇ ਗਿਫਟ ਵੀ ਕੁਛ ਹੋਊਗਾ ਕਿ ਇਕੱਲੀ ਪਾਰਟੀ ਆ, ਹਾਲੇ ਕੁਛ ਨਹੀਂ ਪਤਾ, ਉਸ ਦਿਨ ਹੀ ਪਤਾ ਲੱਗੂਗਾ। ਤੇ ਸਭ ਦੇ ਕੱਪੜੇ ਵਗੈਰਾ ਫਾਈਨਲ ਹੋ ਗਿਆ, ਪਾਪਾ ਕਹਿੰਦੇ ਮੈਂ ਨਵੇਂ ਨਹੀਂ ਲੈਣੇ, ਮੰਮਾ ਵੀ ਕਹਿੰਦੇ ਮੈਂ ਨਵੇਂ ਨਹੀਂ ਲੈਣੇ, ਮੰਮਾ ਨੇ ਫੁੱਟਵੇਅਰ ਲਿੱਤੇ ਆ ਸਿਰਫ ਨਿਊ, ਤੇ ਮੰਮਾ ਕਹਿੰਦੇ ਵੀ ਮੇਰੇ ਤੋਂ ਡਰੈਸ ਪਈ ਆ ਮੈਂ ਉਹੀ ਪਾਉਣੀ ਆ। ਤੇ ਮੈਂ ਆਪਣੀ ਡਰੈਸ ਵੀ ਤੁਹਾਨੂੰ ਦਿਖਾਤੀ ਸੀਗੀ, ਤੇ ਲਵੀ ਦੀ ਡਰੈਸ ਆ ਜਿਹੜੀ ਉਹ ਰਹਿ ਗਈ ਆ, ਹੁਣ ਆਪਾਂ ਚੱਲਿਆ ਲਵੀ ਦੀ ਡਰੈਸ ਲੈਣ। ਤੇ ਲਵੀ ਦੀ ਡਰੈਸ ਆਪਾਂ ਲੈਣ ਗਏ ਸੀ, ਨਹੀਂ ਮਿਲੀ, ਹੁਣ ਆਪਾਂ ਕਿਤੇ ਹੋਰ ਟਰਾਈ ਕਰਨ ਚੱਲੇ ਆ। ਲਵੀ ਤੇ ਮੰਮਾ ਨੂੰ ਛੱਡਦਾ ਆ ਘਰੇ, ਤੁਹਾਨੂੰ ਕਿਤੇ ਨਜ਼ਰ ਲੱਗ ਰਹੀ ਨਹੀਂ ਆਂਦੀ ਨਾ ਤੂੰ ਮੇਰੀ ਅੱਧੀ ਮੈਂ ਮੇਰੇ ਨਾਲ ਅਸੀਂ ਹੈਲੋ ਉਹ ਦੇਖ ਲੋ ਵੀ ਨੇ ਤਿਆਰ ਬੜੀ ਬਿਊਟੀਫੁਲ ਲੱਗ ਰਹੀ ਹੁੰਦੀ, ਆਪਾਂ ਬਿਊਟੀਫੁਲ ਆਇਆ ਹੈ, ਸੈਲਫ ਕੰਫੀਡੈਂਸ। ਤੇ ਮੈਨੂੰ ਮੰਮਾ ਨੇ ਦਿੱਤਾ ਆ ਇਹ ਪ੍ਰੀ ਬਰਥਡੇ ਗਿਫਟ, ਗਿਫਟ ਲੈ ਕੇ ਨਹੀਂ ਰੱਜਦੀ, ਗਿਫਟ ਲੈ ਕੇ ਹਾਲੇ ਵੀ ਮੈਂ ਕੁਛ ਬਰਥਡੇ ਤੇ ਲੈਣਾ ਆ। ਚੰਗੀ ਛੇ ਤੇ ਦਿਖਾਈ ਆ ਸਾਡੇ ਲਈ, ਭਾਰੀ ਹੋਈ ਪੈ ਗਿਆ ਸਾਡੇ ਲਈ 6 ਤਰੀਕ ਦਾ ਸਿਸਟਮ, 6 ਤਰੀਕ ਦੀ ਧਰਤੀ ਤੇ ਭਾਰ ਆਇਆ ਸੀ ਤੇ ਭਾਰੀ ਤਾਂ ਪੈਣਾ ਹੀ ਹਲੇ ਤੱਕ ਭਾਰ ਹੈਗਾ, ਹਲੇ ਤੱਕ ਭਾਰ ਹੈ। ਹਾਂ ਬਿਊਟੀਫੁਲ। ਤੇ ਮੈਨੂੰ ਰਿੰਗ ਦੱਸਿਓ ਸਾਰੇ ਵੀ ਕਿੱਦਾਂ ਆ, ਸੋਹਣੀ ਲੱਗੀ ਕਿ ਨਹੀਂ। ਤੇ ਆਪਾਂ ਮੇਰੇ ਖਿਆਲ ਨਾਲ ਹੁਣ ਇੱਥੇ ਆਇਆ, ਚੁਨਮੁਨ ਆਇਆ, ਲਵੀ ਦੀ ਡਰੈਸ ਦੇਖਦੇ ਆ, ਜੇ ਪਸੰਦ ਆਉਂਦੀ ਹੈ ਤੇ ਦਿਖਾਨੀ ਆ। ਬਾਕੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਰਿੰਗ ਕਿੱਦਾਂ ਲੱਗੀ, ਸੋਹਣੀ ਆ ਕਿ ਨਹੀਂ, ਤੇ ਇਹਨੂੰ ਹੁਣ ਮੈਂ ਪਾ ਲੈਣਾ ਬਸ। ਮੈਨੂੰ ਸਬਰ ਨਹੀਂ ਹੋ ਰਿਹਾ, ਮੈਨੂੰ ਪਾ ਪੂ ਕੇ ਬਸ ਪਾ ਲੈਣਾ। ਚੰਗਾ, ਬਾਏ ਬਾਏ।